ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ। ਹੋਰ ਸੁਣਾਓ ਜੀ ਸਾਰੇ ਕਿਵੇਂ? ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ, ਰਾਜ਼ੀ ਖੁਸ਼ੀ ਹੋਵੋਗੇ ਅਤੇ ਠੰਡ ਤੋਂ ਬਚੇ ਹੋਵੋਗੇ, ਹੈ ਨਾ। ਆਪਾਂ ਲੱਗੇ ਹਾਂ ਜੀ ਹੁਣ ਪਰਾਂਠੇ ਖਾਣ। ਅੱਜ ਆਪਾਂ ਸਿੰਪਲ ਪਰਾਂਠੇ ਬਣਾਏ ਨੇ ਅਤੇ ਲਓ ਜੀ ਆਪਾਂ ਆਪਣੇ ਪਰੌਂਠੇ ਅਤੇ ਆਲੂ ਦਾ ਭਰਥਾ ਲਿਆ ਆਪਾਂ, ਅਤੇ ਨਾਲ ਲਈ ਗਰਮ ਗਰਮ ਚਾਹ। ਵੈਸੇ ਚਾਹ ਨਾਲ ਰੋਟੀ ਖਾਣੀ ਨਹੀਂ ਚਾਹੀਦੀ, ਐਸਿਡ ਬਣਦਾ ਆਪਣੇ। ਜਦੋਂ ਆਪਾਂ ਚਾਹ ਨਾਲ ਰੋਟੀ, ਚਾਹ ਰੋਟੀ ਤੋਂ ਬਾਅਦ ਪਾਣੀ ਪੀ ਕੇ ਫਿਰ 5 ਮਿੰਟ ਬਾਅਦ ਆਪਾਂ ਚਾਹ ਪੀ ਸਕਦੇ ਹਾਂ, ਬਟ ਜਦੋਂ ਆਪਾਂ ਰੋਟੀ ਦੇ ਨਾਲ ਖਾਂਦੇ ਹਾਂ ਨਾ ਫਿਰ ਆਪਣੇ ਐਸਿਡ ਬਣ ਜਾਂਦਾ। ਅਤੇ ਪਰ ਕੀ ਕਰੀਏ ਜੀ, ਹੁਣ ਪਾਣੀ ਪੀਣ ਨੂੰ ਦਿਲ ਨਹੀਂ ਕਰ ਰਿਹਾ ਅਤੇ ਚਾਹ ਨਾਲ ਖਾਣ ਨੂੰ ਦਿਲ ਕਰ ਰਿਹਾ। ਵੈਸੇ ਮੈਂ ਖਾਂਦੀ ਨਹੀਂ ਹੈਗੀ, ਮੇਰੇ ਐਸਿਡ ਬਹੁਤ ਜ਼ਿਆਦਾ ਬਣ ਗਿਆ ਤਾਂ ਕਰਕੇ ਫਿਰ ਮੈਂ ਖਾਂਦੀ ਨਹੀਂ ਹੈਗੀ। ਬੱਚੇ ਖਾਣ ਲੱਗੀ ਹਾਂ ਅਤੇ ਕਦੇ ਕਦੇ ਖਾ ਲੈਂਦੀ ਹੁੰਦੀ, ਮਤਲਬ ਕਿ ਜ਼ਿਆਦਾ ਨਹੀਂ ਖਾਂਦੀ ਵੀ ਹਾਂ ਦਿਨ 'ਚ ਬਹੁਤ। ਚਲੋ ਜੀ ਹੁਣ ਮੈਂ ਖਾ ਲਵਾਂ ਰੋਟੀ, ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ, ਮਿਲਾਂਗੇ ਜੀ ਤੁਹਾਨੂੰ ਫਿਰ। ਹੋ ਜਾਓ ਭਾਈ ਉੱਧਰ ਨੂੰ, ਬੱਚਿਆਂ ਨੇ ਖਾ ਲਈ, ਸ਼ਾਇਦ ਪਾਪਾ ਵੀ ਖਾ ਕੇ ਚਲੇ ਗਏ। ਅੱਜ ਹੈਗਾ ਸੰਡੇ, ਬੱਚੇ ਘਰ ਨੇ, ਅੱਜ ਨਹਾ ਲਓ ਭਾਈ ਆਪਣਾ ਜਾ ਕੇ, ਹੈ ਹਾਂ ਨਹਾ ਲਓ ਫਟਾਫਟ। ਚਲੋ ਜੀ ਮਿਲਦੇ ਹਾਂ ਜੀ ਫਿਰ, ਖਾ ਲਵਾਂ ਮੈਂ ਰੋਟੀ। ਹਾਂਜੀ ਸਹਿਜਪ੍ਰੀਤ ਲਈ ਜੀ ਨਾ, ਕੰਮ ਸਾਡੇ ਹਜੇ ਪਏ ਨੇ, ਕੰਮ ਅਸੀਂ ਨਿਬੇੜਨੇ ਆ ਹਜੇ। ਤੇ ਇੱਧਰ ਅਭਿਜੋਤ ਵੀ ਨਾ ਲਿਆ, ਹੁਣ ਲੱਗੀ ਆ ਜੀ ਇਹਨਾਂ ਦੇ ਮੈਂ ਸਿਰ ਪਾਉਣ। ਮੈਂ ਵੀ ਨਾ ਆਉਂਗੀ, ਪਹਿਲਾਂ ਮੈਂ ਕੰਮ ਕਾਰ ਕਰਨੇ ਆ। ਕੰਮ ਕਰ ਤੁੰਗਾ ਵਿੱਚ ਆਈ ਡੋਂਟ, ਹਾਂ ਕਾ ਆਈ ਡੋਂਟ ਨੋ। ਹੋਰ ਕਿਤੇ ਤੇਰੇ ਬਾਪੂ ਨੂੰ ਪਤਾ ਹੋਊਗਾ? ਸੱਚੀ ਪਤਾ ਨਹੀਂ ਪੁੱਤੋ, ਜਾਂ ਫਿਰ ਲੱਭ ਕੇ ਲੈ ਗਿਆ, ਇਹਦੇ ਚ ਤਾਂ ਹੈ ਨਹੀਂ। ਤੇ ਹੁਣ ਮੈਂ ਇਹਨਾਂ ਦੇ ਬਾਉਂਗੀ ਜੀ ਸਿਰ, ਸਿਰ ਪਾ ਕੇ ਹੋ ਜਾਣਗੇ ਆਪਣੇ ਵਿਹਲੇ, ਤੇ ਮੈਂ ਲੱਗ ਜੂੰਗੀ ਆਪਣੇ ਕੰਮ ਕਾਰ ਕਰਨ। ਅਭਿਜੋਤ ਕਰਦਾ ਮੇਰੀ ਰੀਸ, ਅਭਿਜੋਤ ਕਰਦਾ ਮੇਰੀ ਰੀਸ, ਕੁੱਤਾ ਪੂਛ ਮਾਰਦਾ, ਰੀਸ ਦੀ ਘੜੀਸ ਕੁੱਤਾ ਪੂਛ ਮਾਰਦਾ। ਇੱਕ ਹੋਰ ਵੀ ਕੁਛ ਕਹਿ ਦੇ ਮੁੰਡੇ ਨੇ, ਰੀਸ ਦੀ ਘੜੀਸ ਕੁੱਤਾ ਪੂਛ ਮਾਰਦਾ। ਨਹੀਂ ਨਹੀਂ ਉਹ ਨਹੀਂ ਨਹੀਂ, ਵਾਚ ਦੋ ਛੁੱਟੀ ਨਿਆਣੇ ਨਿਆਣੇ ਨੇ ਪੀਤਾ ਪਾਣੀ ਨਾ, ਨਿਆਣੇ ਨੇ ਖਾਧੇ ਲੱਡੂ, ਜੰਮ ਪਏ ਡੱਡੂ, ਡੱਡੂਆਂ ਨੇ ਪੀਤਾ ਪਾਣੀ, ਖਤਮ ਕਹਾਣੀ। ਅਸੀਂ ਸਕੂਲ ਤੱਕਣ ਕਰਦੇ ਹੁੰਦੇ ਜਾਂ ਛੁੱਟੀਆਂ ਮਿਲਦੀਆਂ ਹੁੰਦੀਆਂ ਸਨ, ਇੱਕ ਇੱਕ ਛੁੱਟੀ ਨਹੀਂ ਛੁੱਟੀ ਵੀ ਛੁੱਟੀ, ਬੁੜੇ ਨੇ ਬੁੜੀ ਕੁੱਟੀ, ਬੁੜੇ ਨੇ ਮੰਜਾ ਤੋੜਤਾ, ਬੁੜੇ ਨੇ ਧੁੱਕ ਲਾ ਕੇ ਜੋੜਤਾ। ਅਸੀਂ ਐਂ ਕਰਦੇ ਹੁੰਦੇ ਆ, ਛੁੱਟੀ ਵੀ ਛੁੱਟੀ, ਬੁੜੇ ਨੇ ਬੁੜੀ ਕੁੱਟੀ। ਅਸੀਂ ਐਵੇਂ ਦੀਆਂ ਚੀਜ਼ਾਂ ਕਰਦੇ ਹਾਂ। ਤੁਸੀਂ ਇਹ ਦੱਸਿਓ ਜੀ, ਤੁਸੀਂ ਜਦੋਂ ਛੁੱਟੀ ਹੁੰਦੀ ਹੁੰਦੀ ਸੀਗੀ ਸਕੂਲ ਦੇ ਵਿੱਚੋਂ, ਹਨਾ, ਜਦੋਂ ਘਰ ਨੂੰ ਵਾਪਸ ਆਉਂਦੇ ਹੁੰਦੇ ਸੀਗੇ, ਕੀ ਕਰਦੇ ਹੁੰਦੇ ਸੀ? ਅਸੀਂ ਤਾਂ ਐਵੇਂ ਕਰਦੇ ਹੁੰਦੇ ਸੀਗੇ, ਤੁਸੀਂ ਦੱਸਿਓ ਕੀ ਕਰਦੇ ਹੁੰਦੇ ਸੀਗੇ? ਮੰਮਾ ਕੀ ਉਹ ਤਾਂ ਕੁੜੀ ਆ, ਮੈਂ ਦਰਦ ਨੂੰ ਤੁਹਾਨੂੰ ਪਤਾ ਸਹਿਣ ਨਹੀਂ ਦਿੰਦਾ।
ਮੁੰਡੇ ਦਰਦ ਪਤਾ ਵੀ ਨੀ ਲੱਗਣ ਦਿੰਦੇ ਪਤਾ ਮੁੰਡੇ ਦਰਦ ਦਾ ਰੌਲਾ ਨੀ ਪਾਉਂਦੇ ਆਪਾਂ ਕਰਦੀਏ ਜੀ ਜੂੜਾ ਆਪਣੇ ਸਰਦਾਰ ਸਾਹਿਬ ਜੀ ਦਾ ਆਪਾਂ ਕਰਦੇ ਹਾਂ ਜੀ ਜੂੜਾ ਆਪਣਾ ਸਰਦਾਰ ਸਾਹਿਬ ਜੀ ਦਾ ਮਾਈ ਬੁੜੀ ਦਾ ਝਾਟਾ ਕੱਢ ਕੇ ਦੇਖ ਆਜੋ ਜੀ ਤੁਸੀਂ ਵੀ ਖਾ ਲਓ ਮਾਈ ਬੁੜੀ ਦਾ ਝਾਟਾ ਹੁਣ ਨਿਆਣੇ ਲੱਗ ਗਏ ਉਹਨਾਂ ਦੇ ਨਵੇਂ ਨਵੇਂ ਨਾਮ ਸਾਡੀ ਵਾਰ ਤਾਂ ਅਸੀਂ ਤਾਂ ਜੀ ਮਾਈ ਬੁੜੀ ਦਾ ਝਾਟਾ ਕਹਿੰਦੇ ਹੁੰਦੇ ਸੀ ਇਹਦੇ ਕੌਣ ਕੌਣ ਮਾਈ ਬੁੜੀ ਦਾ ਝਾਟਾ ਕਹਿੰਦਾ ਸੀ ਹਾਂਜੀ ਫਰੈਂਡਸ ਮੈਂ ਲਈ ਜੀ ਨਾ ਟਾਈਮ ਹੋ ਗਿਆ 3:30 ਦਾ ਤੇ ਕੱਲ੍ਹ ਜੇ ਪਰਸੋਂ ਜਿਹੜੇ ਆਪਾਂ ਕੱਪੜੇ ਧੋਏ ਸੀਗੇ ਉਹ ਹਲੇ ਸੁੱਕੇ ਨਹੀਂ ਸੀਗੇ ਉਹ ਦੇਖੋ ਆਪਾਂ ਨੇ ਹੁਣ ਬੈੱਡਾਂ ਦੇ ਉੱਤੇ ਫੋਲਤੇ ਅਤੇ ਸਵੇਰੇ ਪਹਿਲਾਂ ਮੇਰੇ ਕੱਪੜੇ ਧੋਣ ਦੀ ਸਲਾਹ ਨਹੀਂ ਸੀਗੀ ਅਤੇ ਹੁਣ ਮੈਂ ਜਦੋਂ ਫਿਰ ਨਾ ਉਹਨੂੰ ਲਈ ਸੀਗੀ ਫਿਰ ਬਣ ਗਿਆ ਮੈਂ ਕਿਹਾ ਚੱਲ ਧੋਏ ਦਿੰਦੇ ਹਾਂ ਹੁਣ ਮੈਂ ਮਸ਼ੀਨ ਚਲਾਈ ਹੋਈ ਆ ਬਾਹਰ ਉਹ ਦੇਖੋ ਜੀ ਮਸ਼ੀਨ ਚਲਾਈ ਹੋਈ ਹੁਣ ਆਪਣੇ ਉਹ ਕੱਪੜੇ ਧੋ ਹੋਣਗੇ ਅਤੇ ਬੱਚੇ ਬਾਹਰ ਖੇਡ ਰਹੇ ਨੇ ਉਹਨਾਂ ਨੂੰ ਹੁਣ ਮੈਂ ਬੁਲਾਇਆ ਮੈਂ ਕਿਹਾ ਵੀ ਆ ਕੇ ਆਪਣੀ ਚਾਹ ਪੀ ਲਓ ਅਤੇ ਹੁਣ ਅਸੀਂ ਚਾਹ ਪੀਂਦੇ ਹਾਂ ਫਿਰ ਬਣਾਵਾਂਗੇ ਆਪਾਂ ਸਬਜ਼ੀ ਅੱਜ ਤੁਹਾਨੂੰ ਦਿਖਾਉਂਗੀ ਜੀ ਕਟਹਲ ਦੀ ਸਬਜ਼ੀ ਕਿਵੇਂ ਬਣਦੀ ਆ ਕਿਉਂਕਿ ਜਿੰਨਾ ਚਿਰ ਆਪਾਂ ਨਹਾਉਂਦੇ ਨਹੀਂ ਨਾ ਉਨਾ ਚਿਰ ਦਲਿੱਤਰ ਜਿਹਾ ਚੜਿਆ ਰਹਿੰਦਾ ਪਹਿਲਾਂ ਮੈਂ ਅੱਜ ਪਹਿਲਾਂ ਸਵੇਰੇ ਨਹਾਉਣ ਲੱਗੀ ਮੈਂ ਸਵੇਰੇ ਮੈਂ ਕਿਹਾ ਠੰਡ ਆ ਹਜੇ ਠਹਿਰ ਕੇ ਨਹਾਉਂਦੀ ਹਾਂ ਬਸ ਠਹਿਰ ਕੇ ਕਰਦੀ ਨੇ 2:30 ਨਹਾਈ ਫਿਰ ਮੈਂ 2:30 ਨਹਾ ਕੇ ਫਿਰ ਮੈਂ ਹੁਣ ਫਿਰ ਮੇਰੀ ਮੂਡ ਬਣ ਗਿਆ ਵੀ ਮੈਂ ਕਿਹਾ ਚੱਲ ਕੱਪੜੇ ਧੋ ਲੈਂਦੀ ਹਾਂ ਵੀ ਕੀ ਫਾਇਦਾ ਹੈ ਨਾ ਜ਼ਿਆਦਾ ਹੋ ਜਾਣਗੇ ਹੁਣ ਇੱਕ ਵਾਰ 'ਚ ਧੋਏ ਜਾਣੇ ਆ ਵੀ ਫਿਰ ਇਕੱਠੇ ਕਰਕੇ ਸਾਰੇ ਧੋਣੇ ਪੈਣੇ ਨੇ ਤਾਂ ਕਰਕੇ ਉਹ ਦੇਖੋ ਬੱਚੇ ਆ ਗਏ ਆ ਜਾਓ ਚਾਹ ਪੀ ਲਓ ਛੇਤੀ ਕਰੋ ਚਾਹ ਪੀਓ ਚਲੋ ਸਾਈਕਲ ਖੜਾਓ ਹੁਣ ਮੈਂ ਕਟਾਈ ਵੀ ਮੈਂ ਪਾਪਾ ਨੂੰ ਫੋਨ ਕਰਦੀ ਪਾਪਾ ਨੂੰ ਕਰਦੀ ਹਾਂ ਫੋਨ ਅਤੇ ਬਸ ਜੀ ਹੁਣ ਮੈਂ ਚਾਹ ਦੇ ਦੇਵਾਂ ਉਹਨਾਂ ਨੂੰ ਫਿਰ ਕੱਪੜੇ ਕੱਢੂੰਗੀ ਮਸ਼ੀਨ 'ਚ ਫਿਰ ਕਰੂੰਗੀ ਸਬਜ਼ੀ ਦੀ ਤਿਆਰੀ ਤੁਹਾਨੂੰ ਸਬਜ਼ੀ ਬਣਾਉਂਦੇ ਹੋਏ ਜੀ ਸਤਿ ਸ਼੍ਰੀ ਅਕਾਲ ਜੀ ਮੰਮਾ ਨੇ ਬਣਾ ਲਈ ਹੈ ਚਾਹ ਗਰਮ ਗਰਮ ਹੁਣ ਬਣਾਉਣ ਲੱਗੇ ਮੇਰੀ ਮੈਗੀ ਆ ਜਾਓ ਜੀ ਜੀ ਨੇ ਮੈਗੀ ਖਾਣੀ ਆ ਇਹਨੂੰ ਫਰਮੈਸ਼ਾਂ ਕਹਿੰਦੀ ਮੈਗੀ ਖਾਣੀ ਆ ਮੈਨੂੰ ਵਾਲਾਂ ਦੀ ਚਟਨੀ ਬਹੁਤ ਘੱਟ ਪਸੰਦ ਆ ਸਭ ਕਦੇ ਕਦੇ ਵਧੀਆ ਲੱਗਦੀ ਆ ਸ਼ਕਤੀ ਵੀ ਵਧੀਆ ਲੱਗਦੀ ਹੁਣ ਫਿਰ ਕਿਹੜਾ ਕਿੰਨੇ ਟਾਈਮ ਬਾਅਦ ਤੋਂ ਬਣਾਉਣ ਲੱਗੇ ਹਾਂ 15 ਦਿਨ ਨਹੀਂ ਹੋਏ ਕਿਉਂ ਨਹੀਂ ਹੋਏ ਲਓ ਜੀ ਗਰਮ ਗਰਮ ਚਾਹ ਹੈ ਨਾ ਪੱਤੀ ਠੋਕ ਕੇ ਆਲੀ ਜਿਹੜੀ ਠੰਡ ਨੂੰ ਕਹਿੰਦੇ ਨਹੀਂ ਹੁੰਦੇ ਪੱਤੀ ਠੋਕ ਕੇ ਮਿੱਠਾ ਰੋਕ ਕੇ ਨਹੀਂ ਪਰ ਮਿੱਠਾ ਘੱਟ ਉਹੀ ਤਾਂ ਕਿਹਾ ਮਿੱਠਾ ਨਹੀਂ ਅਸੀਂ ਇੰਨਾ ਜ਼ਿਆਦਾ ਪੀਂਦੇ ਸੰਮੀ ਵੀ ਨਹੀਂ ਅਸੀਂ ਚਾਹ ਉਹੀ ਤਾਂ ਕਿਹਾ ਮਿੱਠਾ ਪੱਤੀ ਠੋਕ ਕੇ ਪੱਤੀ ਠੋਕ ਕੇ ਮਿੱਠਾ ਰੋਕ ਕੇ ਇਹ ਮੈਂ ਇੱਕ ਫਿਲਮ 'ਚ ਡਾਇਲੋਗ ਦੇਖਿਆ ਸੀ ਸਾਡੀ ਪੰਜਾਬ ਇਹਨਾਂ ਨੇ ਪਿਆਜ਼ ਫਰਾਈ ਨਹੀਂ ਪਹਿਲਾਂ ਕੀਤੇ ਸਿਰਫ ਵਿੱਚ ਪਾਣੀ ਪਾ ਲਿਆ ਵਿੱਚ ਪਿਆਜ਼ ਪਾ ਲਏ ਵਿੱਚ ਹਰੀ ਮਿਰਚ ਪਾ ਲਈ ਵਿੱਚ ਜਿਹੜਾ ਉਹਦਾ ਮੈਗੀ ਦਾ ਮਸਾਲਾ ਹੁੰਦਾ ਉਹ ਪਾ ਕੇ ਫਿਰ ਮੈਗੀ ਪਾ ਕੇ ਤਿਆਰ ਕਰ ਲਿਆ ਗਾਈਜ਼ ਵੈਸੇ ਤਾਂ ਮੈਂ ਵੀ ਤੜਕੇ ਵਾਲੀ ਬਣਾ ਲੈਂਦੀ ਹਾਂ ਬਟ ਅੱਜ ਮੰਮਾ ਨੂੰ ਲਾਤਾ ਮੰਮਾ ਬਣਾਓ ਮੰਮਾ ਨੇ ਬਣਾਤੀ ਚਲੋ ਥੈਂਕ ਯੂ ਹਾਂਜੀ ਫਰੈਂਡਸ ਆਪਾਂ ਨੇ ਕੱਪੜੇ ਲਏ ਜੀ ਧੋ ਕੱਪੜੇ ਆਪਣੇ ਧੋ ਹੋ ਗਏ ਉਹ ਵਿੱਚ ਹੁਣ ਮੈਂ ਜਿਹੜੀ ਚਾਦਰ ਚੱਕੀ ਸੀਗੀ ਉਹ ਪਾਈ ਹੋਈ ਆ ਉਹਨੂੰ ਗੇੜਾ ਦੇ ਕੇ ਨਾ ਮੈਂ ਉਹਨੂੰ ਵਿੱਚੇ ਰੱਖੂੰਗੀ ਕਿਉਂਕਿ ਕੱਲ੍ਹ ਸਵੇਰੇ ਫਿਰ ਆਪਾਂ ਬੈੱਡ ਸ਼ੀਟ ਜਿਹੜੀ ਚੱਕਣੀ ਆ ਉਹ ਚੱਕ ਕੇ ਨਾਲ ਉਹ ਵੀ ਧੋ ਲਾਂਗੇ ਫਿਰ ਇਕੱਠਿਆਂ ਨੂੰ ਕੱਢ ਦੂੰਗੀ ਮੈਂ ਹੁਣ ਫਿਰ ਮੈਂ ਕਿਹਾ ਚੱਲ ਕੱਲ੍ਹ ਨੂੰ ਕੱਢਣੀ ਆ ਤਾਂ ਗੇੜਾ ਆਜੂਗਾ ਹੁਣ ਮਸ਼ੀਨ ਬੰਦ ਕਰਕੇ ਉਹਨੂੰ ਇੱਕ ਨੇ ਰੱਖ ਲਾਂਗੇ ਅਤੇ ਕੱਲ੍ਹ ਨੂੰ ਫਿਰ ਉਹ ਕਰ ਲਾਂਗੇ ਇਹਨਾਂ ਨੂੰ ਮੈਂ ਅੰਦਰ ਕਰ ਦੇਣਾ ਕਿਉਂਕਿ 5 ਵੱਜਣੇ ਵਾਲੀ ਉਹਨੇ ਫਿਰ ਮੈਂ ਕਿਹਾ ਕੀ ਫਾਇਦਾ ਹੁਣ
ਬਾਹਰ ਰੱਖਣ ਦਾ ਇਹਨਾਂ ਨੂੰ ਕੋਈ ਫਾਇਦਾ ਵੀ ਨਹੀਂ ਹੈਗਾ। ਚਲੋ ਜੀ ਮੈਂ ਸਟੈਂਡ ਕਰ ਦਵਾਂ ਅੰਦਰ। ਹਾਂਜੀ ਫਰੈਂਡਸ ਆਪਣਾ ਓਇਲ ਗਰਮ ਹੋ ਗਿਆ ਜੀ। ਹੁਣ ਆਪਾਂ ਓਇਲ ਦੇ ਵਿੱਚ ਜ਼ਿਆਦਾ ਤੁਸੀਂ ਫਰਾਈ ਕਰਨਾ, ਜ਼ਿਆਦਾ ਕੱਚਾ ਜਿਹਾ ਨਹੀਂ ਰੱਖਣਾ। ਮਤਲਬ ਕਿ ਜਦੋਂ ਪੀਂਕਿਸ਼ ਜਿਹਾ ਹੋ ਗਿਆ ਨਾ ਉਦੋਂ ਆਪਾਂ ਨੇ ਇਹਨੂੰ ਕੱਢ ਲੈਣਾ। ਇੱਧਰ ਮੈਂ ਪਿਆਜ਼ ਚੌਪ ਚੌਪ 'ਚ ਚੌਪਰ ਕਰ ਰਹੀ ਹਾਂ। ਇਹਨੂੰ ਲਾਲ ਟਮਾਟਰ ਦੇ ਵਿੱਚ ਪਾ ਲੈਣੇ ਆਪਾਂ ਨੇ। ਹਰੀ ਮਿਰਚ, ਲਾਲ ਹਰੀ ਮਿਰਚ 'ਚ ਪਿਆਜ਼, ਅਦਰਕ, ਲਸਣ ਇਹ ਆਪਾਂ ਸਾਰਾ ਕੁਝ ਮਿਕਸ ਕਰ ਲੈਣਾ। ਅਤੇ ਆਹ ਪਿਆਜ਼ ਮੈਂ ਕੱਟ ਪਾਉਂਗੀ ਲੰਬੇ ਲੰਬੇ, ਇਹ ਵਿੱਚ ਥੋੜ੍ਹੇ ਜਿਹੇ ਪਿਆਜ਼ ਆਪਾਂ ਲੰਬੇ ਲੰਬੇ ਵੀ ਕੱਟ ਕਰਕੇ ਪਾਉਣੇ ਆ। ਹਾਂਜੀ ਫਰੈਂਡਸ ਆਹ ਲਓ ਜੀ ਆਪਾਂ ਆਪਣੀ ਸਬਜ਼ੀ ਲਈ ਇਹਨੂੰ ਫਰਾਈ ਕਰ ਲਿਆ। ਦੇਖੋ ਐਨ ਚੰਗੀ ਤਰ੍ਹਾਂ ਫਰਾਈ ਹੋ ਗਿਆ, ਲਓ ਐਨ ਵਧੀਆ ਤਰੀਕੇ ਨਾਲ ਫਰਾਈ ਹੋ ਗਿਆ। ਅਤੇ ਇੱਧਰ ਆਪਾਂ ਆਇਲ ਥੋੜ੍ਹਾ ਜਿਹਾ ਵਿੱਚੋਂ ਕੱਢ ਲਿਆ। ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਜੀਰਾ। ਜੀਰਾ ਜਲ ਜਾਣਾ, ਤੇਲ ਗਰਮ ਹੋ ਜਾਂਦਾ। ਪਹਿਲਾਂ ਆਪਾਂ ਇਹਦੇ ਵਿੱਚ ਚੌਪ ਕੀਤਾ ਹੋਇਆ ਲਸਣ, ਪਿਆਜ਼, ਅਦਰਕ, ਹਰੀ ਮਿਰਚ, ਟਮਾਟਰ ਇਹ ਪੇਸਟ ਪਾ ਦਾਂਗੇ। ਉਸ ਤੋਂ ਬਾਅਦ ਪਾ ਦਾਂਗੇ ਆਪਾਂ ਜੀਰਾ। ਜੇ ਆਪਾਂ ਨੂੰ ਆਇਲ ਥੋੜ੍ਹਾ ਜਿਹਾ ਘੱਟ ਲੱਗਿਆ ਕਿਉਂਕਿ ਆਇਲ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਹੈ, ਪਰ ਹੋ ਜਾਣਾ ਇਹਨੂੰ ਪ੍ਰੋਪਰ ਹੋ ਜਾਣਾ ਸਹੀ ਜਿੰਨਾ ਚਾਹੀਦਾ ਸਬਜ਼ੀ ਨੂੰ ਉੱਨਾ ਉਹਦੇ ਵਿੱਚ ਹੋ ਜਾਣਾ। ਅਤੇ ਇਹ ਥੋੜ੍ਹੇ ਥੋੜ੍ਹੇ ਪਿਆਜ਼ ਕਟਿੰਗ ਕੀਤਾ ਹੋਇਆ ਲੰਬੇ ਸਲਾਈਸ, ਇਹਨਾਂ ਨੂੰ ਵਿੱਚ ਐਡ ਕਰ ਦੇਣਾ। ਜੀ ਆਪਣਾ ਮਸਾਲਾ ਹੋ ਗਿਆ ਫਰਾਈ, ਇਹਦੇ ਵਿੱਚ ਪਾ ਲਾਂਗੇ ਹੁਣ ਆਪਾਂ ਹਲਦੀ, ਲਾਲ ਮਿਰਚ। ਜ਼ਿਆਦਾ ਮਸਾਲੇ ਨਹੀਂ ਅਸੀਂ ਖਾਂਦੇ ਹੈਗੇ, ਤੁਹਾਨੂੰ ਪਹਿਲਾਂ ਵੀ ਵੀਡੀਓ 'ਚ ਦੱਸਦੇ ਆ। ਕਾਲੀ ਮਿਰਚ ਪਾਊਡਰ, ਨਮਕ, ਜ਼ਿਆਦਾ ਅਸੀਂ ਮਸਾਲੇ ਖਾਂਦੇ ਨਹੀਂ ਹੈਗੇ। ਮਤਲਬ ਕਿ ਅਸੀਂ ਲੂਣ, ਮਿਰਚ, ਹਲਦੀ, ਧਨੀਆ ਪਾਊਡਰ, ਜੀਰਾ ਪਾਊਡਰ, ਧਨੀਆ ਪਾਊਡਰ ਮੈਂ ਹਜੇ ਪੀਸਿਆ ਨਹੀਂ ਹੈਗਾ, ਉਹ ਮੈਂ ਘਰ ਦੇ ਹੀ ਬਣਾਉਣੀ ਹੁੰਦੀ ਹਾਂ। ਮਤਲਬ ਕਿ ਧਨੀਆ ਸੁੱਕੇ ਦਾ ਥੋੜ੍ਹਾ ਜਿਹਾ ਵਿੱਚ ਐਡ ਕਰ ਦਾਂਗੇ ਪਾਣੀ। ਤੁਸੀਂ ਬਿਲਕੁਲ ਸੁੱਕੀ ਵੀ ਰੱਖ ਸਕਦੇ ਹੋ, ਜ਼ਰੂਰੀ ਨਹੀਂ ਹੈਗਾ ਵੀ ਪਾਣੀ ਐਡ ਕਰਨਾ। ਤੁਸੀਂ ਬੇਸ਼ੱਕ ਸੁੱਕੀ ਰੱਖਣਾ ਚਾਹੁੰਦੇ ਹੋ, ਬਿਲਕੁਲ ਹੀ ਬਿਲਕੁਲ ਵੀ ਪਾਣੀ ਦਾ ਤੁਪਕਾ ਵੀ ਨਹੀਂ ਪਾਉਣਾ ਚਾਹੁੰਦੇ ਵਿੱਚ, ਬਸ ਮਿਕਸ ਕਰ ਦੇਣੀ ਸਬਜ਼ੀ, ਉਹਨੂੰ ਚੰਗੀ ਤਰ੍ਹਾਂ ਰਲਾ ਲੈਣਾ। ਅਤੇ ਮੈਂ ਥੋੜ੍ਹਾ ਜਿਹਾ ਪਾਣੀ ਪਾਇਆ, ਜ਼ਿਆਦਾ ਨਹੀਂ ਪਾਇਆ, ਥੋੜ੍ਹਾ ਜਿਹਾ ਹੀ ਪਾਇਆ। ਇਹਦੇ ਵਿੱਚ ਹੁਣ ਆਪਾਂ ਐਡ ਕਰ ਦਾਂਗੇ ਫਰਾਈ ਕੀਤੀ ਹੋਈ ਕਟਹਲ। ਹੁਣ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਪਾਂ ਨੇ ਤਾਂ ਜੋ ਇਹਦੇ ਵਿੱਚ ਅੰਦਰ ਤੱਕ ਫਲੇਵਰ ਚਲੇ ਜਾਵੇ, ਤਾਂ ਹੀ ਮੈਂ ਪਾਣੀ ਪਾਇਆ। ਵੈਸੇ ਆਪਾਂ ਸੁੱਕੀ ਵੀ ਭੁੰਨ ਸਕਦੇ ਹਾਂ, ਮਤਲਬ ਕਿ ਸੁੱਕਾ ਵੀ ਵਿੱਚ ਰਲਾ ਸਕਦੇ ਹਾਂ, ਪਰ ਮੈਂ ਥੋੜ੍ਹੇ ਵਿੱਚ ਪਾਣੀ ਪਾ ਲਿਆ। ਚਲੋ ਜੀ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਵਾਂ। ਹਾਂਜੀ ਫਰੈਂਡ ਸਬਜ਼ੀ ਲਓ ਜੀ ਬਣ ਗਈ। ਬਸ ਹੁਣ ਇਹਦੇ ਵਿੱਚ ਆਪਾਂ ਧਨੀਆ ਐਡ ਕਰਤਾ, ਅਤੇ ਇਹਨੂੰ ਨਾ ਬਿਲਕੁਲ ਇਹ ਸਲੋ ਕਰਕੇ ਦੋ ਮਿੰਟ ਬਸ
ਜ਼ਿਆਦਾ ਟਾਈਮ ਨਹੀਂ, ਹੱਥ ਨਾਲ ਲੋਟ ਵੀ ਨਹੀਂ ਆਉਂਦਾ ਹੈਗਾ, ਜ਼ਿਆਦਾ ਟਾਈਮ ਨਹੀਂ ਪਕਾਉਣਾ ਹੈਗਾ, ਕਿਉਂਕਿ ਫਰਾਈ ਤਾਂ ਹੋਈ ਹੋਈ ਆ ਅਤੇ ਗ੍ਰੇਵੀ ਵੀ ਆਪਣੀ ਜਿਹੜੀ ਸੀਗੀ ਥੋੜ੍ਹੀ ਜਿਹੀ ਉਹ ਸੁੱਕ ਗਈ। ਲਓ ਜੀ ਹੁਣ ਇਹਨੂੰ ਮੈਂ ਢੱਕ ਦੇਣਾ, ਹੁਣ ਮੈਂ ਇਹਨੂੰ ਢੱਕ ਦਿੰਦੀ ਹਾਂ ਬਿਲਕੁਲ ਸਲੋ ਕਰਕੇ, 2 ਮਿੰਟ ਇਹਨੂੰ ਬਣਾਵਾਂਗੇ ਅਤੇ ਮੈਂ ਜਾਣੂ ਆਟਾ ਗੁੰਨ ਲੈਂਦੀ ਹਾਂ। ਸਾਈਡ ਦੇ ਪਾਪਾ ਆ ਗਏ ਜੀ, ਆਪਾਂ ਲੱਗਿਆ ਹੁਣ ਰੋਟੀ ਖਾਣ। ਦੇਖੋ ਜੀ ਸਬਜ਼ੀ ਖਾ ਲੈਣੀ ਆ ਅਤੇ ਡੱਬਾ ਆਪਾਂ ਕੋਲ ਲੈ ਜਾਣਾ ਆਪਣਾ। ਬਾਕੀ ਰੋਟੀਆਂ ਆਪਾਂ ਉੱਥੇ ਨਾਲ ਲੈ ਜਾਣੀਆਂ, ਮੈਂ ਪਲੇਟ ਰੱਖ ਕੇ ਜੀ। ਚੱਲ ਵੀ ਚੋਦ ਆਹ ਪਰੇ ਕਰ ਔਰ ਜਾਈ। ਅੱਜ ਮੈਂ ਪਹਿਲੀ ਵਾਰ ਖਾਣ ਲੱਗੀ ਹਾਂ ਚਿਕਨ ਮੁਰਗਾ ਲੈਗ ਪੀਸ, ਲੈਗ ਵੀ ਖਾ ਜਾਓ ਜੀ, ਤੁਸੀਂ ਵੀ ਖਾ ਲਓ ਲੈਗ ਪੀਸ, ਸਵਾਦ ਹੈ ਕਿ ਤੁਸੀਂ ਵੀ ਬਣਾ ਕੇ ਜ਼ਰੂਰ ਖਾਇਓ ਜੀ, ਬਹੁਤ ਸਵਾਦ ਆ। ਇਹ ਵਾਲੇ ਤਰੀਕੇ ਨਾਲ ਬਣਾ ਲਿਓ, ਚਾਹੇ ਗ੍ਰੇਵੀ ਵਾਲੀ ਬਣਾ ਲਿਓ, ਚਾਹੇ ਤਰੀ ਵਾਲੀ ਬਣਾ ਲਿਓ, ਜਿਹੜੀ ਮਰਜ਼ੀ ਬਣਾ ਲਿਓ। ਹਾਂਜੀ ਫਰੈਂਡਸ, ਰੋਟੀ ਆਪਾਂ ਨੇ ਖਾ ਲਈ, ਸਹਿਜ ਪਹੁੰਚ ਪਾਪਾ ਦਾ, ਰੋਟੀ ਆਪਾਂ ਨੇ ਖਾ ਲਈ ਜੀ। ਇੱਧਰ ਸਹਿਜ ਬੈਠੀ ਆ, ਸਹਿਜ ਖਾਣ ਲੱਗੀ ਆ, ਮੇਰੀ ਕਿਟ ਕੈਟ ਚੋਰੀ ਕਰ ਲਈ ਸਹਿਜ ਨੇ ਮੇਰੀ ਕਿਟਕੈਟ। ਫਿਰ ਮੇਰਾ ਹਾਲ ਦੇਖ ਲਾ, ਮੈਂ ਹੁਣ ਕੱਪੜੇ ਕੁਪੜੇ ਸ਼ਾਮ ਨੂੰ ਧੋ ਕੇ ਹਟੀ, ਬਹੁਤ ਠੰਡ ਨਹੀਂ ਮੈਨੂੰ ਲੱਗਦੀ, ਮੈਨੂੰ ਠੰਡ ਲੱਗਦੀ ਵੈਸੇ। ਕਿਟਕੈਟ ਮਾਈ ਫੇਵਰੇਟ, ਇਹ ਬੰਦਾ ਜਾਤ ਹੈ ਜੀ, ਜਾਤ ਹੈ ਰਹੇ ਆਪਣੇ ਕੰਮ ਕਰਾਂ, ਇਹਨਾਂ ਨੂੰ ਤੀਵੀਆਂ ਦੇ ਕੰਮ ਦੀ ਭੋਰਾ ਕਦਰ ਨਹੀਂ ਹੈਗੀ ਵੀ ਹਾਂ ਠੰਡ ਚ ਵਿਚਾਰੀਆਂ ਕੰਮ ਕਰਦੀਆਂ ਨੇ। ਵੈਸੇ ਤਰਸ ਖਾ ਲਈ ਮੇਰੇ ਤੇ ਆਉਂਦਾ ਤਰਸ, ਹਾਂ ਹਾਂ ਬਹੁਤ ਤਰਸ ਵੀ ਠੰਡ ਦੇ ਵਿੱਚ ਕੰਮ ਨਹੀਂ ਆਉਂਦਾ ਹੈਗਾ ਚਮਾ ਵੀ। ਮੈਂ ਕਿਹਾ ਕਿ ਲੈ ਤੁਸੀਂ ਤਾਂ ਘਰੇ ਰਹਿਣਾ, ਤੁਹਾਨੂੰ ਤਾਂ ਮੌਜ ਆ ਫਲਾਣਾ ਟਿਮਕਾ। ਤੇ ਚਲੋ ਜੀ ਹੁਣ ਆਪਾਂ ਇਹ ਵਲੌਗ ਦਾ ਇੱਥੇ ਕਰਦੇ ਐਂਡ, ਕਿਟ ਕੈਟ ਦੇ ਨਾਲ ਹੈਲੋ ਬਸ ਬਸ ਤੁਸੀਂ
ਮੈਨੂੰ ਨੀ ਕੱਢੀ ਹੈਗੀ ਤਾਂ ਕਿਸੇ ਨੂੰ ਕੱਢੀ ਆ, ਕਿਸੇ ਨੂੰ ਵੀ ਨੀ ਕੱਢੀ, ਪਤਾ ਨੀ ਭਾਈ ਕਿਵੇਂ ਕੱਢੀ ਆ ਹਨਾ, ਕੰਮ ਲੈਣਾ ਕੰਮ ਪ੍ਰਤੀ ਕੱਢੀ ਆ ਕੋਈ ਵੀ, ਰੇਟ ਘੱਟ ਕੀਤਾ ਪਤਾ ਨੀ। ਚਲੋ ਜੀ ਹੁਣ ਆਪਾਂ ਹਾਏ ਪੂਰੇ ਨੂੰ ਕਰਕੇ ਨਾ ਇਹਨਾਂ ਨੇ ਪੈਰਾਂ ਨੂੰ ਆਰਾਮ, ਪੈਰਾਂ ਨੂੰ ਨਾ ਨਿੱਘ ਆ ਗਿਆ, ਦੁੱਧ ਥੋੜਾ ਠੰਡਾ ਹੋਣਾ, ਅਭੀ ਦੁੱਧ ਚੱਕ ਲਾਉਣਾ। ਉਹ ਦੇਖੋ ਜੀ ਹੀਟਰ ਲੱਗਿਆ ਹੋਇਆ, ਉਹ ਦੇਖੋ ਪੈਰਾਂ ਨੂੰ ਆਰਾਮ ਆ ਰਿਹਾ। ਉਹ ਦੇਖੋ ਜੀ ਸਾਡਾ ਇੰਨਾ ਜ਼ਰੂਰੀ ਕੰਮ ਕਰ ਰਿਹਾ ਡਰਾਇੰਗ, ਇਹ ਜ਼ਿਆਦਾ ਜ਼ਰੂਰੀ ਆ, ਬਹੁਤ ਜ਼ਿਆਦਾ ਜ਼ਰੂਰੀ ਆ ਮੁੰਡੇ ਨੂੰ। ਚਲੋ ਜੀ ਹੁਣ ਆਪਾਂ ਵਲੌਗ ਦਾ ਹੁਣ ਇੱਥੇ ਕਰਦੇ ਹਾਂ ਐਂਡ, ਮਿਲਾਂਗੇ ਕੱਲ ਨੂੰ ਨਿਊ ਵਲੌਗ ਦੇ ਨਾਲ, ਨਵੀਂ ਸ਼ੁਰੂਆਤ ਦੇ ਨਾਲ। ਇੱਧਰ ਦੇਖੋ ਜੀ ਮੂਸੇ ਵਾਲਾ ਡਾਂਸ ਕਰ ਰਿਹਾ ਸੀ, ਤੇ ਮਿਲਾਂਗੇ ਜੀ ਕੱਲ ਨੂੰ ਫਿਰ ਹੀਟਰ ਦੇ ਨਾਲ, ਪੈਰਾਂ ਨੂੰ ਆਰਾਮ ਆ ਰਿਹਾ, ਗਰਮ ਗਰਮ ਹਵਾ ਆ ਰਹੀ ਆ। ਚਲੋ ਜੀ ਕਰਦੇ ਵਲੌਗ ਦਾ ਐਂਡ, ਮਿਲਾਂਗੇ ਕੱਲ ਨੂੰ। ਓਕੇ ਜੀ ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ, ਬਾਏ ਬਾਏ।